ਸੂਬੇ ਅੰਦਰ ਸਵਾਈਨ ਫਲੂ ਦਾ ਕਹਿਰ ਲਗਾਤਾਰ ਜਾਰੀ ਹੈ ਕਿਉਂਕਿ ਆਏ ਦਿਨ ਕਿਤੋਂ ਨਾ ਕਿਤੋਂ ਸਵਾਈਨ ਫਲੂ ਦੇ ਨਾਲ ਹੋਣ ਵਾਲੀਆਂ ਮੌਤਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਅਤੇ ਹੁਣ ਬਰਨਾਲਾ ਦੇ ਵਿੱਚ ਵੀ ਇੱਕ ਮਹਿਲਾ ਇਸ ਬਿਮਾਰੀ ਦੀ ਲਪੇਟ ਦੇ ਵਿੱਚ ਆਉਣ ਦੇ ਨਾਲ ਇਸ ਦੁਨੀਆ ਤੋਂ ਚੱਲ ਵਸੀ। ਇੱਥੇ ਜੀ ਇੱਕ ਰਾਤ ਰਹੇ ਅਸੀਂ ਦੂਸਰੇ ਦਿਨ, ਪਹਿਲਾਂ ਹੀ ਉਹਨਾਂ ਨੇ ਸਾਨੂੰ ਜਾਣ ਸਾਰ ਹੀ ਕਹਿਤਾ ਸੀਗਾ ਵੀ ਤੁਹਾਨੂੰ ਬਾਹਰ ਜਾਣਾ ਪਊਗਾ। ਚਲੋ ਉਹਨਾਂ ਨੇ ਇੱਥੇ ਐਡਮਿਟ ਕਰ ਲਿਆ ਜੀ, ਚਲੋ ਠੀਕ ਸੀਗੇ, ਗੱਲਾਂ ਬਾਤਾਂ ਕਰਦੇ ਵੀ ਸੀਗੇ ਅਤੇ ਫਿਰ ਦੂਸਰੇ ਦਿਨ ਜੀ ਕਹਿੰਦੇ ਵੀ ਤੁਹਾਡਾ ਦਿਲ ਜਿੱਥੇ ਦਿਲ ਕਰਦਾ ਉੱਥੇ ਲੈ ਜਾਓ। ਫਿਰ ਅਸੀਂ ਚੰਡੀਗੜ੍ਹ ਜੀ ਉਹ 32D 'ਚ ਗਏ, ਲੈ ਗਏ ਜੀ ਇਹਨਾਂ ਨੂੰ, ਜਿਹੜਾ ਗੌਰਮੈਂਟ ਹੋਸਪਿਟਲ ਕਾਲਜ ਹੈ। ਉਹਨਾਂ ਨੇ ਦੇਖੋ ਜੀ ਬਹੁਤ ਕੇਅਰ ਕਰੀ, ਸਾਰੇ ਟੈਸਟ ਕਰੇ, ਐਂਡ ਦੇ ਵਿੱਚ ਉਹਨਾਂ ਨੇ ਕਹਿੰਦੇ ਵੀ ਆਹ ਰਿਪੋਰਟ ਪੋਜ਼ੀਟਿਵ ਹੈ, ਸਾਨੂੰ ਉੱਪਰ ਇੱਕ ਪ੍ਰੈਫਰ ਕਰਤਾ ਜੀ ਅਲੱਗ ਕਮਰੇ 'ਚ। ਇਹ ਸਵਾਈਨ ਫਲੂ ਜੀ। ਹਾਂਜੀ, ਉਸ ਤੋਂ ਬਾਅਦ ਜੀ ਉੱਥੇ ਡਾਕਟਰਾਂ ਨੇ ਜਾ ਕੇ ਇਹਦੀ ਟ੍ਰੀਟਮੈਂਟ ਕੀਤੀ ਜੀ ਅਤੇ ਪਰਸੋਂ ਇਹਨਾਂ ਦੇ ਫਿਰ ਤਕਲੀਫ ਸੀ ਇਹਨਾਂ ਨੂੰ ਜ਼ਿਆਦਾ, ਉਹ ਵੈਲੀਲੇਟਰ 'ਤੇ ਪਾਤਾ ਜੀ ਇਹਨਾਂ ਨੂੰ ਅਤੇ ਸਾਰੀ ਰਾਤ ਠੀਕ ਰਹੇ ਜੀ ਕੱਲ੍ਹ ਅਤੇ ਅੱਜ ਸਵੇਰੇ ਫਿਰ ਘਬਰਾਹਟ ਹੋਣ ਲੱਗ ਗਈ ਉਹਨਾਂ ਨੇ ਦੁਬਾਰਾ ਜਦੋਂ ਚੈੱਕ ਚੁੱਕ ਕਰੇ ਜੀ ਫਿਰ ਬਸ ਡਾਊਨ ਹੀ ਹੁੰਦੀ ਗਈ ਜੀ ਦੁਬਾਰਾ ਉਹਨਾਂ ਨੇ ਟੈਸਟ ਵੀ ਬਹੁਤ ਕਰੇ ਬਸ ਜੀ ਫਿਰ ਉਹਨਾਂ ਨੇ ਐਕਸਪਾਇਰ ਕੋਰਸ ਕਰਤਾ। ਅਤੇ ਹੁਣ ਗੱਲ ਕਰਦੇ ਹਾਂ ਮਲੋਟ ਦੇ ਪਿੰਡ ਢਾਣੀ ਕੁੰਦਨ ਸਿੰਘ ਵਾਲਾ ਦੀ ਜਿੱਥੇ ਸਵਾਈਨ ਫਲੂ ਨੇ ਇੱਕ 5 ਸਾਲ ਦੇ ਮਾਸੂਮ ਬੱਚੇ ਦੀ ਜਾਨ ਲੈ ਲਈ ਜਿਸ ਤੋਂ ਬਾਅਦ ਪਰਿਵਾਰ ਗਹਿਰੇ ਸਦਮੇ ਦੇ ਵਿੱਚ ਹੈ। ਉਹ ਮੈਂ ਆਪਣੇ ਕਾਕੇ ਦਾ ਨਾਂ ਸੌਰਾਬ ਸਿੰਘ ਸੀਗਾ ਅਤੇ ਉਹ ਥੋੜ੍ਹੇ ਦਿਨਾਂ ਤੋਂ ਬਿਮਾਰ ਸੀਗਾ ਅਤੇ ਉਹ ਤੋਂ ਪਹਿਲਾਂ ਅਸੀਂ ਨੋਰਮਲੀ ਬਿਮਾਰ ਸੀਗਾ, ਉਹਨੂੰ ਲੈ ਗਏ ਅਸੀਂ ਇੱਥੇ ਮਲੋਟ ਹੀ ਅਤੇ ਡਾਕਟਰ ਗੌਤਮ ਕੋਲ ਅਤੇ ਸਰਕਾਰੀ ਹੋਸਪਿਟਲ। ਉਹਨਾਂ ਨੇ ਚੈੱਕ ਕੀਤਾ ਅਤੇ ਥੋੜ੍ਹੀ ਪ੍ਰੋਬਲਮ ਸੀਗੀ, ਨਮੋਨੀਆ ਸੀਗਾ ਅਤੇ ਗੁਰਦਿਆਂ 'ਚ ਸੀਗੀ ਪ੍ਰੋਬਲਮ ਅਤੇ ਉਹਨਾਂ ਨੇ ਬਾਅਦ 'ਚੋਂ ਟੈਸਟ ਟੁਸਟ ਕਰਕੇ ਉਹਨਾਂ ਨੇ ਵੈਸੇ ਸਾਨੂੰ ਕੁਛ ਨਹੀਂ ਦੱਸਿਆ ਵੀ ਐਂ ਕਰਕੇ ਐਡੀ ਵੱਡੀ ਸਵਾਈਨ ਫਲੂ ਵਾਲਾ ਹੈਗਾ ਅਤੇ ਉਹਨਾਂ ਨੂੰ ਸ਼ਾਇਦ ਚਾਂਸ ਲੱਗੇ ਵੀ ਸੀ ਪਰ ਉਹਨਾਂ ਨੇ ਸਾਨੂੰ ਦੱਸਿਆ ਨਹੀਂ ਗਾ, ਸਾਨੂੰ ਕਹਿੰਦੇ ਵੀ ਹਬੋਰ ਲੈ ਜਾਓ ਤੁਸੀਂ ਹੋਸਪਿਟਲ ਅਤੇ ਵੀ ਥੋੜ੍ਹਾ ਨਾਜੁਕ ਆ ਅਤੇ ਉਹਨਾਂ ਨੇ ਇਹ ਵੀ ਕਿਹਾ ਵੀ ਐਂ ਕਰਕੇ ਮੈਂ ਉੱਥੇ ਆ ਕੇ ਇਲਾਜ ਕਰੂੰਗਾ ਅਤੇ ਅਸੀਂ ਕਿਹਾ ਚੱਲ ਠੀਕ ਆ, ਅਸੀਂ ਲੈ ਜਾਂਦੇ ਹਬੋਰ ਗਏ ਅਸੀਂ ਜੋਤੀ ਹੋਸਪਿਟਲ ਅਤੇ ਉਹਨਾਂ ਨੇ ਮਿਲੇ ਡਾਕਟਰ ਸਾਹਿਬ ਨੂੰ, ਉਹਨਾਂ ਨੇ ਵੇਖਦੇ ਸਾਰ ਹੀ ਸਾਨੂੰ ਇਹ ਕਹਿੰਦਾ ਵੀ ਸਵਾਈਨ ਫਲੂ ਦੇ ਚਾਂਸ ਆ ਤੁਸੀਂ ਟੈਸਟ ਕਰਵਾ ਲਓ ਅਤੇ ਅਸੀਂ ਉਹਨੂੰ ਲਾਇਆ ਡਾਕਟਰ ਨੂੰ ਫੋਨ ਆਪਣੇ ਮਲੋਟ ਵਾਲੇ ਗੌਤਮ ਨੂੰ, ਗੌਤਮ ਕਮਰਾ, ਅਤੇ ਉਹਨਾਂ ਉਹ ਸਾਨੂੰ ਕਹਿ ਕੇ ਜੀ ਤੁਸੀਂ ਉੱਥੇ ਚੱਲੋ, ਬਾਅਦ 'ਚੋਂ ਆਪਦਾ ਫੋਨ ਹੀ ਬੰਦ ਕਰ ਗਏ। ਕੀ ਲੱਗਦਾ ਵੀ ਇਹਦੇ 'ਚ ਵਿਭਾਗ ਦੀ ਅਣਗਹਿਲੀ ਆ ਜਾਂ ਡਾਕਟਰ ਦੀ? ਹਾਂਜੀ ਸਰ, ਸਰ ਸਾਨੂੰ ਪਹਿਲਾਂ ਗਾਈਡ ਕਰਦੇ, ਸਾਨੂੰ ਇੱਥੇ ਦੱਸ ਦਿੰਦੇ ਅਸੀਂ ਐਵੇਂ ਉੱਥੇ ਜਾਂਦੇ ਨਾ ਜੀ, ਕਹਾਂ ਜਾਂਦੇ ਨਾ, ਸਿੱਧਾ ਅਸੀਂ DMC ਜਾਂ ਚੰਡੀਗੜ੍ਹ PGI ਲੈ ਜਾਂਦੇ ਅਤੇ ਉਹਨਾਂ ਨੇ ਸਾਨੂੰ ਦੱਸਿਆ ਨਹੀਂ ਗਿਆ, ਬਾਅਦ 'ਚ ਸਾਨੂੰ ਉੱਥੇ ਆਉਂਦੇ ਵੀ ਮੈਂ ਉੱਥੇ ਆ ਕੇ ਇਲਾਜ ਕਰਾਂਗਾ ਅਤੇ ਬਾਅਦ 'ਚੋਂ ਆਪ ਪਹੁੰਚੇ ਨਹੀਂ ਗਏ ਉਹ। ਅਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਅਸਲ ਦੇ ਵਿੱਚ ਪੇਰੈਂਟਸ ਵੱਲੋਂ ਇਸ ਬੱਚੇ ਦੀ ਕੋਈ ਅਣਗਹਿਲੀ ਨਹੀਂ ਹੋਈ, ਉਹਨਾਂ ਨੂੰ ਮਲੋਟ ਖੜਿਆ ਗਿਆ, ਮਾਮੂਲੀ ਬੁਖਾਰ ਸੀ ਔਰ ਸਰਕਾਰੀ ਹੋਸਪਿਟਲ ਵਾਲਿਆਂ ਨੇ ਇਹਨੂੰ ਰੈਫਰ ਕੀਤਾ ਗਿਆ ਕੋਟਕਪੁਰਾ, ਕੋਟਕਪੁਰੇ ਦਿਖਾਇਆ ਗਿਆ, ਕੋਟਕਪੁਰੇ ਤੋਂ ਅੱਗੇ DMC ਦਿਖਾਇਆ ਗਿਆ ਔਰ ਮੈਂ ਇਹ ਸਮਝਦਾ ਕਿ ਇਹ ਜਿਹੜਾ ਸਿਹਤ ਵਿਭਾਗ ਦੀ ਬਹੁਤ ਵੱਡੀ ਅਣਗਹਿਲੀ ਆ। ਉਹਨਾਂ ਨੇ ਸਾਡੇ ਇੱਥੇ ਆਏ ਵੀ ਆ, ਇੱਥੇ ਇਹਨਾਂ ਦੇ ਪੇਰੈਂਟਸ ਕੋਲ ਆਏ ਵੀ ਆ, ਬੱਚੇ ਦੇ ਪੇਰੈਂਟਸ ਕੋਲ ਆਏ ਔਰ ਉਹਨਾਂ ਨੇ ਕੋਈ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਅਨਾਊਂਸ ਨਹੀਂ ਕਰਾਇਆ ਕਿ ਇੱਥੇ ਇੱਕ ਸਵਾਈਨ ਫਲੂ ਦਾ ਕੇਸ ਹੈਗਾ, ਸਾਨੂੰ ਸਾਰਿਆਂ ਨੂੰ ਇਸ ਮਾਮਲੇ ਦੇ ਵਿੱਚ ਅਵੇਅਰ ਨਹੀਂ ਕੀਤਾ। ਸਾਨੂੰ ਕਰਨਾ ਚਾਹੀਦਾ ਸੀ ਜੋ ਕਿ ਸਿਹਤ ਵਿਭਾਗ ਦੀ ਡਿਊਟੀ ਬਣਦੀ ਹੈ। ਇਸ ਕਰਕੇ ਇਹ ਬਹੁਤ ਗਰੀਬ ਪਰਿਵਾਰ ਹੈ, ਗਰੀਬ ਪਰਿਵਾਰ ਦੀ ਸਾਨੂੰ ਮੈਂ ਇਹ ਵੀ ਚਾਹੁੰਦਾ ਪ੍ਰਸ਼ਾਸਨ ਦੇ ਕੋਲੋਂ ਵੀ, ਸਿਹਤ ਵਿਭਾਗ ਦੇ ਕੋਲੋਂ ਵੀ ਕਿ ਜਿਹੜੀ ਉਹਨਾਂ ਨੂੰ ਜਿਹੜੀ ਹੈਗੀ ਆ ਮਾਇਕ ਸਹਾਇਤਾ ਜਿਹੜੀ ਹੈਗੀ ਆ ਦਿੱਤੀ ਜਾਣੀ ਚਾਹੀਦੀ ਆ ਔਰ 4-5 ਲੱਖ ਰੁਪਈਆ ਵੀ ਲੱਗਿਆ ਔਰ ਬੱਚੇ ਦੀ ਜਾਣ ਵੀ ਜਾਂਦੀ ਰਹੀ ਆ। ਇੱਥੇ ਹੀ ਬਸ ਨਹੀਂ, ਸਵਾਈਨ ਫਲੂ ਦੇ ਨਾਲ ਬੀਤੇ ਦਿਨ ਭਵਾਨੀਗੜ੍ਹ ਦੇ ਪਿੰਡ ਸੰਗਤਪੁਰਾ ਦੇ ਵਿੱਚ ਵੀ ਇੱਕ ਬਜ਼ੁਰਗ ਮਹਿਲਾ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਸੂਬੇ ਅੰਦਰ ਸਵਾਈਨ ਫਲੂ ਲਗਾਤਾਰ ਆਪਣੇ ਪੈਰ ਪਸਾਰ ਰਿਹਾ ਹੈ ਕਿਉਂਕਿ ਲੁਧਿਆਣਾ ਵਿੱਚ ਪਿਛਲੇ 17 ਦਿਨ ਦੇ ਵਿੱਚ ਹੁਣ ਤੱਕ 20 ਮਾਮਲੇ ਸ਼ੱਕੀ ਪਾਏ ਗਏ ਨੇ ਜਿਨ੍ਹਾਂ ਦੇ ਵਿੱਚੋਂ 13 ਮਾਮਲੇ ਪੋਜ਼ਿਟਿਵ ਆਏ ਨੇ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਮੰਨੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਸਵਾਈਨ ਫਲੂ ਦੇ ਨਾਲ ਹੋਰ ਮਾਮਲੇ ਵੀ ਸਾਹਮਣੇ ਆ ਸਕਦੇ ਨੇ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ। ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹੋ? ਪਾਓ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ, ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ। ਕਰੋ 93-978-93-978।